دن ایک جیسے نہیں رہتے، کدے تیرا دن بڑا چنگا گزرے گا، کدے تیرا دن گزرے گا، تینوں تکلیف لگ جائے گی، پریشانی لگ جائے گی، دکھ آ جائے گا۔ اے اللہ دی طرف ہوئی، اللہ نے جنوں جناب آدم نو بنایا نا، توجہ ہے سارے جی، جناب آدم نو جدو پیدا کیتا تے آدم نو انج کر کے چکیا، آدم چلے نا بلندیاں تے، جدو جناب آدم نو انج کر کے چکیا نا بلندیاں تے کھڑیا تے آدم دے دو ہاتھ، ایک سجا تے ایک کھبا، ہاتھ ساڈے وی دو نے، اللہ نے فرمایا دو نے ہاتھ انج کر کے پھیلا، انج کر کے پھیلائے، جدو پھیلائے نا ہاتھ تے ایک ہاتھ دے وچوں وی اولاد نکلی، دوسری ہاتھ وچوں وی اولاد نکلی، ایک ہاتھ جڑا کھبا جسی نا ایندے وچوں جنی جہنمی اولاد سی ساری جنتی اولاد نکلی۔ اللہ دی بارگاہ وچ جناب آدم نے عرض کیتی، مولا ہر شے نوں پیدا تو کیتا، ہر چیز نوں پیدا تو فرمایا، دنوں نوں تو پیدا کیتا، راتاں نوں تو پیدا کیتا، اس ستارے تو بنائے نے، سورج تو بنایا، چند تو بنایا، ہر چیز نوں تو بنایا، تے اللہ دی بارگاہ وچ عرض کیتی، مولا تو ہر انسان نوں بنایا، کوئی عزت والا ہے، کوئی ذلت والا ہے۔ اللہ فرما آدم گل بات چ کری پہنا تھلے دیکھ، مولا تھلے کی گلا تھلے کمیا، اینج کر کے جدوں تھلے چاچی ماری نا تے جناب آدم نوں پھر ساری اولاد وکائی گئی، ہر بندہ جناب آدم نے جدو وکھایا گیا نا، جناب آدم نے دیکھا، توجہ میرے وال رکھو، ہر بندے دی توجہ میرے وال، جدو جناب آدم نے دیکھا ہر بندے نو تے دیکھ کے نا تے توجہ کریا جی، اللہ نے فرمایا آدم کی ویکھیا ہے؟ عرض کرتا حضور مولا میں ویکھیا ہے کہ کوئی کالا ہے، کوئی چٹا ہے، کوئی نیلا ہے، کوئی پیلا ہے، کوئی ہرا ہے، کوئی کالا ہے، مولا بس بس چھکتا سا بیٹھ جاؤ، بڑی ادب دے قرآن سنا رہے، کسی نو پیاس نہیں، سارے جنوں لگی ہے میں انہاں دی پیاس موزے کو بجانا چاہاں گا، سرکار دے عشق دی پیاس دے وچ ہر بندے نوں میں جناب آدم نے ہاتھ جوڑیا، مولا میں پیا بھی نہ کسی دا رنگ کالا ہے، کسی دا چٹا ہے، کسی دا گورا ہے، کسی دی چمڑی چٹی ہے، کوئی قد اونچے والا ہے، کوئی چھوٹے والا ہے، کسی دی داڑھی وڈی ہے، کسی دی چھوٹی ہے، کسی دی اکھ وڈی ہے، کسی دی چھوٹی، کوئی بادشاہ، کوئی فقیر۔ اللہ فرما آدم اللہ فرما آدم نا میں سارے برابر اس وجہ تو نہیں بنائے، میں امیری غریبی یتیمی فقیری بادشاہت تے وزیری اس وجہ تو رکھیے، میں چیک تے کراں کدا سینا خدا والا ہے، کدا سینا مصطفیٰ والا ہے۔
ਮੇਰੇ ਤਹਿਰੀਕ ਲੱਭਾਈ ਦੇ ਵੀ ਨੌਜਵਾਨ ਇੱਥੇ ਬੈਠੇ ਨੇ, ਮੈਨੂੰ ਬੜੀ ਠੰਡ ਪਈ ਹੈ, ਤਵੱਜੋ ਮੈਂ ਚਾਹੁੰਦਾ ਇਹਨਾਂ ਨੂੰ ਵੀ ਮੁਖਾਤਬ ਕਰਕੇ ਅੰਡਾ ਫਰਮਾਇਆ ਕਿ ਮੈਂ ਫਰਕ ਤਾਂ ਰੱਖਿਆ ਵੇਖਾਂ ਤਾਂ ਸਹੀ ਆਪਣਾ ਕਿਹੜਾ ਤੇ ਬਗਾਨਾ ਕਿਹੜਾ। ਚਿੱਟੀ ਚਮੜੀ ਕਿਸੇ ਦੀ, ਕਾਲੀ ਚਮੜੀ ਕਿਸੇ ਨੂੰ ਤਾਂ ਦਿੱਤੀ, ਚੈੱਕ ਕਰਾਂ ਆ ਮੈਂ ਤੈਨੂੰ ਵਖਾਵਾਂ ਮਸਾਜ ਦੇ ਹਰਮੇ ਮਕਾਏ ਕਾਬਾਏ, ਇੱਕ ਇੱਧਰ ਮਹੱਲਾ ਹੈ ਇੱਕ ਇੱਧਰ ਮਹੱਲਾ ਹੈ, ਸ਼ਾਦੀ ਕਿਬਲਾ ਇਸ ਮਹੱਲੇ ਚਿੱਟੀ ਚਮੜੀ ਵਾਲਾ ਹੈ, ਇਸ ਮਹੱਲੇ ਕਾਲੀ ਚਮੜੀ ਵਾਲਾ ਹੈ, ਇਸ ਮਹੱਲੇ ਚਿੱਟੀ ਚਮੜੀ ਵਾਲਾ ਚੌਧਰੀ ਹੈ, ਇਸ ਮਹੱਲੇ ਕਾਲੀ ਚਮੜੀ ਵਾਲਾ ਗੁਲਾਮ ਹੈ, ਰੰਗ ਦਾ ਚਿੱਟਾ ਹੈ ਰੰਗ ਦਾ ਕਾਲਾ ਹੈ, ਸਾਧ ਦਾ ਚੌਧਰੀ ਹੈ ਸਾਧ ਦਾ ਗੁਲਾਮ ਹੈ, ਉਹ ਵੀ ਜਿਹੜਾ ਮਾਲਦਾਰ ਹੈ ਜਗੀਰਦਾਰ ਹੈ, ਲੋਕ ਉਹਦਾ ਪਾਣੀ ਭਰਦੇ ਨੇ, ਇਹ ਗੁਲਾਮ ਹੈ ਇਹ ਲੋਕਾਂ ਦਾ ਪਾਣੀ ਭਰਦਾ ਹੈ, ਇਹਨੇ ਬਰਾਦਰਾਂ ਨੇ ਸਭ ਚਿੱਟੀ ਚਮੜੀ ਲੈ ਕੇ ਮੇਰੇ ਯਾਰ ਦੇ ਹੱਥ ਦੀ ਬੇਅਦਬੀ ਕੀਤੀ, ਮੇਰੇ ਯਾਰ ਦੀ ਹੱਥ ਦੀ ਗੁਸਤਾਖੀ ਕੀਤੀ। ਅੱਲਾਹ ਨੇ ਕੁਰਾਨ 'ਚ ਫਰਮਾਇਆ ਚਿੱਟੀ ਚਮੜੀ ਪਸੰਦ ਨਹੀਂ, ਅੱਲਾ ਨੂੰ ਮਾਲਦਾਰੀ ਪਸੰਦ ਨਹੀਂ, ਅੱਲਾ ਨੂੰ ਜਗੀਰਦਾਰੀ ਪਸੰਦ ਨਹੀਂ, ਹੁਣ ਆ ਮੈਂ ਤੈਨੂੰ ਦੂਸਰੇ ਮਹੱਲੇ ਲੈ ਕੇ ਜਾਵਾਂ ਜਿਸ ਮਾਲਦਾਰੀ ਦੇ ਵਿੱਚ ਯਾਰ ਦੀ ਇੱਜ਼ਤ ਤੇ ਇਹਤਰਾਮ ਨਹੀਂ, ਦੂਸਰੇ ਮਹੱਲੇ ਰੰਗ ਦਾ ਕਾਲਾ ਹੈ ਸਾਤ ਦਾ ਗੁਲਾਮ ਹੈ, ਹੌਂਟ ਮੋਟੇ ਨੇ ਮੱਥਾ ਉੱਚਾ ਹੈ ਲੋਕਾਂ ਦਾ ਪਾਣੀ ਭਰਦਾ ਹੈ, ਰਾਹ ਲੰਘ ਦਾ ਬੰਦਾ ਗੱਲ ਕਰਕੇ ਜਾਂਦਾ ਹੈ ਰੰਗ ਦਾ ਕਾਲਾ ਹੈ, ਪਰ ਕਾਲੇ ਰੰਗ ਦੇ ਉੱਤੇ ਮਦੀਨੇ ਵਾਲੇ ਦਾ ਰੰਗ ਚੜਾ ਲੈਂਦਾ। ਅੱਲਾ ਫਰਮਾਂਦਾ ਵੇਲਾ ਆ ਲੈਂਦੇ ਕਾਬਾ ਥੱਲੇ ਹੋਏਗਾ ਤੂੰ ਉੱਤੇ ਉੱਠ ਤੇਰੇ ਕੋਲੋਂ ਅਜ਼ਾਨ ਨਾ ਦਵਾ ਦੇਵਾਂਗਾ। ਇੱਥੇ ਕੀ ਗੱਲ ਵਾਦੇ ਹੋਈ ਕਿ ਅੱਲਾ ਨੂੰ ਅਦਾ ਉਹ ਪਸੰਦ ਹੈ ਰੰਗ ਉਹ ਪਸੰਦ ਹੈ ਜਿਸ ਰੰਗ ਦੇ ਉੱਤੇ ਮਦੀਨੇ ਵਾਲੇ ਦਾ ਰੰਗ ਚੜਾਇਆ ਜਾਵੇ। ਜੇ ਮੁਹੱਬਤ ਇਜਾਜ਼ਤ ਦੇਵੇ ਤੇ ਮੈਂ ਤੁਹਾਨੂੰ ਮੀਆਂ ਸਾਹਿਬ ਦੇ ਦਰਬਾਰ ਤੇ ਨਾ ਲੈ ਚੱਲਾਂ। ਨਹੀਂ ਯਾਰ ਉੱਚਾ ਬੋਲੋ ਜ਼ਰਾ ਸੁਭਾਨ ਅੱਲਾਹ। ਇੱਥੋਂ ਸਿਆਲਕੋਟ ਤੋਂ ਨਿਕਲ ਕੇ ਦੋ ਰਸਤੇ ਜਾਂਦੇ ਨੇ, ਤੁਸੀਂ ਵੀ ਸਾਰੇ ਗਏ ਹੋ, ਰਾਣਾ ਸਾਹਿਬ ਨੇ ਵੇਖੇ ਨੇ, ਚੁਰਾਈ ਸਾਹਿਬ ਕੀ ਬਲਾ ਪੀਰ ਸਾਈ ਨੇ, ਹੈ ਇੱਕ ਰਸਤਾ ਵਜ਼ੀਰਾਬਾਦ ਵਾਲਾ ਇੱਕ ਰਸਤਾ ਭਿੰਬਰ ਵਾਲਾ, ਤਾਂ ਤੁਸਾਂ ਕਿਹੜੇ ਰਸਤੇ ਜਾਣਾ? ਭਿੰਬਰ ਵਾਲੇ ਚੱਲੀਏ। ਚਲੋ ਇੰਨੀ ਕਿਤੇ ਤੁਹਾਡੀ ਮੰਨ ਲੈਂਦੇ ਹਾਂ, ਚਲੀਏ ਸਿਆਲਕੋਟ ਤੋਂ ਨਿਕਲ ਕੇ ਭਿੰਬਰ, ਭਿੰਬਰ ਤੋਂ ਥੱਲੇ ਉਤਰ ਕੇ ਮੀਆਂ ਸਾਹਿਬ ਦੇ ਦਰਬਾਰ ਤੇ। ਜੀ ਜੀ ਤੁਸੀਂ ਸੁਭਾਨ ਅੱਲਾਹ ਫਰਮਾਈਏ, ਮੈਨੂੰ ਨਹੀਂ ਲੱਗਦਾ ਤੁਸੀਂ ਗੋਦਖੋਰੀ ਕਰਾਸ ਕਰੋ ਜਾਂ ਤੁਸੀਂ ਭਿੰਬਰ ਹੈ, ਉੱਚਾ ਬੋਲੋ ਜ਼ਰਾ ਸੁਭਾਨ ਅੱਲਾਹ। ਹਜ਼ੂਰ ਆਦ ਕਰੇ ਨਮਤੁਲਾ ਤਾਲਾ ਲੈ ਫਰਮਾਦੇ ਕੱਚਾ ਰੰਗ ਕੱਚਾ ਜਿਸ ਦਾ ਨਾਮ ਲੈ 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 ਲੈ
ਪਿਆਰੇ ਜਿਨੋ ਅੱਲਾ ਨੇ ਤੋਵਾ ਜਹਾਨਾ ਦਾ ਨਬੀ ਬਣਾਇਆ ਆਰਿਫ ਖੜੀ ਫਰਮਾਉਂਦਾ ਜਿਸ ਦਾ ਨਯਾ ਇਸ਼ਾਰਾ ਕਰਦਾ ਅਬੂ ਲਾਹਬ ਲੋਂਦੀ ਚੱਲ ਤੂੰ ਆਜ਼ਾਦ ਹੈ
ਤੂੰ ਆਜ਼ਾਦ ਹੈ। ਕਿਉਂ ਜੀ? ਮੇਰੇ ਜੁਮਲਾ ਸੁਣਿਆ ਜੇ ਸੀ ਨਾ ਠਰ ਜਾਵੇਗਾ, ਮੇਰੇ ਭਰਾ ਅਬਦੁੱਲਾ ਦੇ ਘਰ ਪੁੱਤਰ ਪੈਦਾ ਹੋਇਆ। ਕਾਫਰ ਹੋ ਕੇ ਸਰਕਾਰ ਦੇ ਮਿਲਾਦ ਦੀ ਖੁਸ਼ੀ ਕਰਕੇ ਉਂਗਲ ਚੁੱਕ ਕੇ ਫੈਜ਼ ਪਾ ਗਿਆ। ਇਮਾਨ ਵਾਲਿਆ, ਹੱਥ ਚੁੱਕੇਗਾ ਅੱਲਾਹ ਕਿੰਨਾ ਕੁ ਰਾਜ਼ੀ ਹੋਵੇਗਾ। ਸੀਨੇ ਦਾ ਜ਼ੋਰ ਲਗਾ ਕੇ ਕਹਿਣਾ ਹੈ ਫਜ਼ਲੇ ਦਾ ਕੁਲੇ ਉਲਾ, ਹੱਥ ਚੁੱਕਣ ਗੋਡਿਆਂ ਤੋਂ, ਉਹ ਫਜ਼ਲੇ ਦਾ ਕੁਲੇ ਉਲਾ। ਔਰ ਕਿਆ ਚਾਹੀਏ ਫਜ਼ਲੇ ਦਾ ਕੁਲੇ ਉਲਾ, ਸੰਭਾਲ ਕੇ ਨਹੀਂ ਲਹਿਰਾਨ ਵਾਸਤੇ ਰੱਖਿਆ ਏ। ਫਜ਼ਲੇ ਦਾ ਕੁਲੇ ਉਲਾ, ਔਰ ਕਿਆ ਚਾਹੀਏ, ਮਿਲ ਗਏ ਮੁਸਤਫਾ, ਔਰ ਕਿਆ ਚਾਹੀਏ। ਪਤਾ ਨਹੀਂ ਕਿਉਂ ਨਹੀਂ ਚੁੱਕਦੇ ਪਏ, ਪਤਾ ਨਹੀਂ ਹੱਥ ਕਿਉਂ ਥੱਲੇ ਨੇ। ਉਸ ਕੋਲੋਂ ਜਜ਼ਾ, ਔਰ ਕਿਆ ਤੁਸਾਂ ਕਹਿਣਾ, ਔਰ ਕਿਆ ਚਾਹੀਏ। ਉਸ ਕੋਲੋਂ ਜਜ਼ਾ, ਔਰ ਕਿਆ। ਉੱਚਾ ਜਿਹਾ ਉੱਚਾ ਜਿਹਾ, ਇੰਨਾ ਕੁ ਉੱਚੀ ਆਵਾਜ਼ ਲਗਾਣੀ ਹੈ ਤੁਹਾਡੀ ਆਵਾਜ਼ ਇਹ ਛੱਤ ਦੇ ਸੀਲਿੰਗ ਦੇ ਨਾਲ ਜਾ ਕੇ ਲੱਗੇ। ਉਸ ਕੋਲੋਂ ਜਜ਼ਾ, ਔਰ ਕਿਆ ਰੋਜ਼ ਜਜ਼ਾ ਕੀ ਚਾਹੀਦਾ ਏ। ਗੁਨਾਹਗਾਰ ਜੋ ਮਹਿਸ਼ਰ ਮੇ ਫਰਿਆਦ ਕਰੇਂਗੇ, ਗੁਨਾਹਗਾਰ ਜੋ ਮਹਿਸ਼ਰ ਮੇ। ਆ ਮੈਂ ਜਿਹਨੂੰ ਹਦੀਸ ਸੁਣਾਨਾ, ਉਹ ਦੁਨੀਆ ਵਾਲੇ ਅੱਲਾ ਦੇ ਨਬੀ ਮਸਜਿਦ ਵਿੱਚ ਆਏ ਨੇ, ਤੂੰ ਕਰੋ ਮੇ ਉਲਾਮਾ ਦਾ ਕਰੋਵੇ, ਇੱਕ ਆਬਦੀਨ ਦਾ ਕਰੋਵੇ। ਅੱਲਾ ਦੇ ਨਬੀ ਨੇ ਵੇਖਿਆ ਏ, ਇੱਕ ਪਾਸੇ ਇਬਾਦਤ ਪੇ ਕਰਦੇ ਨੇ, ਇੱਕ ਪਾਸੇ ਉਲਾਮਾ ਬੈ ਕੇ ਆਪਸ ਵਿੱਚ ਗੁਫ਼ਤਗੂ ਪੇ ਕਰਦੇ ਨੇ। ਅੱਲਾ ਦੇ ਨਬੀ ਨੇ ਗੁਰੂ ਨੂੰ ਵੇਖਿਆ ਏ, ਜਿਹੜੇ ਆਲਮ ਨੇ, ਜਿਹੜੇ ਫਾਜ਼ਲ ਨੇ, ਜਿਹੜੇ ਮੁਹੱਦਿਸ ਨੇ, ਜਿਹੜੇ ਮੁਫਸਰ ਨੇ, ਅੱਲਾ ਦੇ ਨਬੀ ਉਹਨਾਂ ਕੋਲ ਬਹਿ ਜਾਂਦੇ ਨੇ। ਇੱਕ ਸਹਾਬੀ ਕਹਿੰਦਾ ਏ, ਉਹ ਦੁਨੀਆ ਵਾਲਿਓ, ਅੱਲਾ ਨੇ ਜਨਾਬੇ ਇਬਰਾਹੀਮ ਨੂੰ ਸਫੀਲਾ ਬਣਾਇਆ ਏ, ਅੱਲਾ ਨੇ ਜਨਾਬੇ ਆਦਮ ਨੂੰ ਸਫੀਲਾ ਬਣਾਇਆ, ਅੱਲਾ ਨੇ ਜਨਾਬੇ ਇਬਰਾਹੀਮ ਨੂੰ ਖਲੀਲੁੱਲਾ ਬਣਾਇਆ, ਅੱਲਾ ਨੇ ਜਨਾਬੇ ਇਸਮਾਈਲ ਨੂੰ ਜ਼ਬੀਹੁੱਲਾ ਬਣਾਇਆ, ਅੱਲਾ ਨੇ ਜਨਾਬੇ ਨੂਹ ਨੂੰ ਨਜੀਬੁੱਲਾ ਬਣਾਇਆ, ਅੱਲਾ ਨੇ ਜਨਾਬੇ ਇਬਰਾਹੀਮ ਨੂੰ ਆਪਣਾ ਯਾਰ ਬਣਾਇਆ, ਅੱਲਾ ਨੇ ਜਨਾਬੇ ਮੂਸਾ ਨੂੰ ਕਲੀਮੁੱਲਾ ਬਣਾਇਆ, ਜਨਾਬੇ ਈਸਾ ਨੂੰ ਰੂਹੁੱਲਾ ਬਣਾਇਆ। ਸਿਹਾਬਾ ਆਪਸ ਵਿੱਚ ਇਹ ਕੱਲਾ ਪੇ ਕਰਦੇ ਨੇ, ਅੱਲਾ ਦੇ ਨਬੀ ਨੇ ਫਰਮਾਇਆ
ਕੋਈ ਸ਼ੱਕ ਨਹੀਂ ਅੱਲਾ ਨੇ ਪਹਿਲੇ ਨਬੀਆਂ ਨੂੰ ਬੜਾ ਸ਼ਾਨ ਦਿੱਤਾ ਹੈ ਪਰ ਕਿਆਮਤ ਦਾ ਦਿਨ ਹੋਵੇਗਾ ਇਹ ਸਾਰੇ ਨਬੀ ਮੇਰੇ ਚੱਟੇ ਦੇ ਥੱਲੇ ਹੋਣਗੇ ਸਾਰੇ ਨਬੀ ਮੇਰੇ ਚੰਡੇ ਦੇ ਥੱਲੇ ਹੋਣਗੇ ਅੱਲਾ ਦੇ ਨਬੀ ਨੇ ਫਰਮਾਇਆ ਹੈ ਕੋਈ ਖਲੀਲ ਲਾਏ ਕੋਈ ਜ਼ਬੀਹ ਲਾਏ ਕੋਈ ਰੂਹ ਲਾਏ ਕੋਈ ਕਲੀਮ ਲਾਏ ਕੋਈ ਨਜੀਬ ਲਾਏ ਉਸ ਹਵਾ ਸਾਰੇ ਨਬੀਆਂ ਦਾ ਬੜਾ ਸ਼ਾਨ ਹੈ ਪਰ ਅੱਲਾ ਨੇ ਮੈਨੂੰ ਆਪਣਾ ਹਬੀਬ ਬਣਾਇਆ ਅੱਲਾ ਦਾ ਹਬੀਬ ਬਣ ਕੇ ਆਇਆ ਵਾ ਅੱਲਾ ਦੇ ਨਬੀ ਨੇ ਫਰਮਾਇਆ ਉਸ ਹਵਾ ਇਹਨਾਂ ਸਾਰੇ ਨਬੀਆਂ ਨੂੰ ਲੈ ਕੇ ਸਾਰੀ ਉਮਤ ਨੂੰ ਲੈ ਕੇ ਸਾਰੇ ਪੀਰਾਂ ਨੂੰ ਲੈ ਕੇ ਗੌਸ ਕੁਤਬ ਨਾਲ ਨੇ ਅਬਦਾਲ ਵੀ ਨਾਲ ਨੇ ਪੀਰ ਸਾਇਆ ਹਰ ਬੰਦਾ ਅੱਲਾ ਦੇ ਨਬੀ ਦੇ ਝੰਡੇ ਦੇ ਥੱਲੇ ਆਵੇਗਾ ਅੱਲਾ ਦੇ ਨਬੀ ਨੇ ਫਰਮਾਇਆ ਜੰਨਤ ਵੱਲ ਜਾਵਾਂਗਾ ਜੰਨਤ ਦੇ ਦਰਵਾਜ਼ੇ ਦੇ ਸਾਹਮਣੇ ਖੜੋਵਾਂਗਾ ਇੰਜ ਕਰਕੇ ਦਰਵਾਜ਼ਾ ਵੇਖ ਕੇ ਮੈਂ ਆਖਾਂਗਾ ਅਨਾ ਅਵਲੋ ਮਨ ਤੁਫਤਹ ਲਹੂ ਚੁੱਕ ਗਏ ਰਾਣਾ ਸਾਹਿਬ ਅੱਲਾ ਦੇ ਨਬੀ ਨੇ ਫਰਮਾਇਆ ਇੰਜ ਕਰਕੇ ਕਦਮ ਪੁੱਟਾਂਗਾ ਜਦੋਂ ਮੈਂ ਜੰਨਤ ਵਿੱਚ ਰੱਖਾਂਗਾ ਨਾ ਉੱਥੇ ਕੋਈ ਗੌਸ ਹੋਵੇਗਾ ਨਾ ਕੋਈ ਕੁਤਬ ਹੋਵੇਗਾ ਨਾ ਕੋਈ ਬਲੀ ਹੋਵੇਗਾ ਨਾ ਕੋਈ ਅਬਦਾਲ ਹੋਵੇਗਾ ਨਾ ਕੋਈ ਪੀਰ ਹੋਵੇਗਾ ਨਾ ਕੋਈ ਨਬੀ ਹੋਵੇਗਾ ਨਾ ਕੋਈ ਪੈਗੰਬਰ ਹੋਵੇਗਾ ਨਾ ਕੋਈ ਰਸੂਲ ਹੋਵੇਗਾ ਸਿਹਾ ਬਾਰਦ ਕਰਦੇ ਸੋਹਣਿਆ ਉੱਥੇ ਕੌਣ ਹੋਵੇਗਾ ਅੱਲਾ ਦੇ ਨਬੀ ਨੇ ਫਰਮਾਇਆ ਮੇਰਾ ਜੁਮਲਾ ਸੁਣਿਆ ਜੇ ਉਹ ਤਲਵਾਰਾਂ ਦੀ ਮੁਗਲਾਂ ਚ ਰਹਿਣ ਵਾਲੋ ਮੇਰੇ ਜੁਮਲਿਆਂ ਦੀ ਕਦਰ ਕਰਿਆ ਜੇ ਬੜਿਆ ਨਬੀਆਂ ਦੀਆਂ ਸ਼ਾਨਾਂ ਨੇ ਪਰ ਜਿਹੜਾ ਆਮ ਬਿਨਾ ਦਾ ਲਾਲ ਹੈ ਜਿਹੜਾ ਮਦੀਨੇ ਦਾ ਤਾਜਦਾਰ ਹੈ ਜਿਹੜਾ ਸੈਯਦ ਅੰਬੀਆ ਹੈ ਉਹਦਾ ਜੁਮਲਾ ਸੁਣਿਆ ਉਸ ਹਵਾ ਸਾਰੇ ਨਬੀ ਮੇਰੇ ਪਿੱਛੇ ਹੋਣਗੇ ਜਦੋਂ ਮੈਂ ਕਦਮ ਚੁੱਕ ਗਏ ਵੀਰ ਸਾਈਆਂ ਜਿੰਜ ਜੰਨਤ ਵਿੱਚ ਰੱਖਾਂਗਾ ਉੱਥੇ ਕੋਈ ਨਬੀ ਨਹੀਂ ਹੋਵੇਗਾ ਉੱਥੇ ਕੋਈ ਬਲੀ ਨਹੀਂ ਹੋਵੇਗਾ ਉੱਥੇ ਕੋਈ ਹੋਰ ਨਹੀਂ ਹੋਵੇਗੀ ਉੱਥੇ ਕੋਈ ਫਰਿਸ਼ਤਾ ਨਹੀਂ ਹੋਵੇਗਾ ਉੱਥੇ ਕੋਈ ਚਿੰਨ ਨਹੀਂ ਹੋਵੇਗਾ ਅਰਦ ਕਰਦੇ ਨੇ ਸਿਹਾਬਾ ਸੋਹਣਿਆ ਫਿਰ ਕੌਣ ਹੋਵੇਗਾ ਅੱਲਾ ਦੇ ਨਬੀ ਨੇ ਫਰਮਾਇਆ ਫੈਸਲਾ ਕਬੀਲ ਨੀ ਆਏ ਜਬਾਰ ਨਾਲਾ ਅੱਲਾ ਦੇ ਨਬੀ ਨੇ ਫਰਮਾਇਆ ਉਸ ਹਵਾ ਉੱਥੇ ਖੁਦਾ ਖੁਦਾ ਕੇ ਮੇਰਾ ਇਸਤਕਬਾਲ ਫਰਮਾਵੇਗਾ ਚਲੋ ਦੋ ਬੰਦੇ ਨੂੰ ਰੱਖੇਗਾ ਚਲੋ ਦੋ ਦਸ ਵੱਲ ਉਹ ਦੋਵੇਂ ਦੌੜ ਲਾ ਦੇਣਗੇ
एक थोड़ा जा दौड़ेगा, रुकेगा, एंड करके पीछे देखेगा, फिर दौड़ेगा, रुकेगा, राम सभा मोड़ के पीछे देखेगा, फिर दौड़ेगा, रुकेगा, मोड़ के पीछे देखेगा, अल्लाह का खुल हो जा, रुक रुक गया, दूसरे ने आखेगा तू दौड़ेगा छी तू भी रुक जा, एक दौड़ पेगा, एक रुकेगा, देखेगा, रुकेगा, देखेगा, अल्लाह दुआ खिला के पूछेगा कोई मजे आ पहले आ तू दौड़ना है रुकना है पीछे भी ना तेरे तो दो दस बार कर लिया है तो क्यों पीछे भी ना हाथ जोड़ लेगा आखेगा मौला कि साई मेरे गुनाह थोड़े तेरी रहमत ज्यादा मेरे गुनाह थोड़े तेरी रहमत थोड़ा जाओ जा मैनू पानी की प्यास नहीं थोड़ी मुहब्बत की प्यास थोड़ा जा होर उचा अच्छा तेनू मेरी रहमत ते मान है जी तुहाडी रहमत ते मान है हुण अल्लाह फरमाएगा अच्छा तेनू मेरी रहमत ते मान है ते तेन तू मेरे वल वेन है मेरी रहमत वल पिया वेन है जी मौला ते तू अगे नहीं पै जाता मुड़ मुड़ के पिछे वेना जी रब आखेगा ठीक है रुक जा दूजे नूं आखेगा ठीक है तू जा जन्नत वल तेरी नीयत ठीक है दूजे नूं आखेगा ओए तू दस तेनू मेरी रहमत ते मान कोई नहीं حضرت سلطان حضرت سلطان چلو سلطان حضرت سلطان دے بعد چل رہے ہیں میاں صاحب دے دربار تے گئے ہیں کل برس تے انہاں دی خیر ہے کہ تیری چوری چلا کنا آج بھی کری رحمت اللہ تعالی نے فرما دے نے رحمت دا رحمت دا اے رحمت دا او دریا الہی सारे जाने मरण की
ہمارے سے کھڑی نے بیان کروائی او جان دیواری کرونا اپنے او گئے ہر نبی نے میری یاد کی تعریف کی تھی تو سرکار تو بعد کسی نبی سے گنجائش میرے قبلی والے کی حدیث پاک ہے میں ایک ایسی ایک تھا اللہ نے نبوت کا مہد بنایا اور مہد ایک جگہ چھڑ دیتی ہے اینے متھا سونا ہو گئی ایک چیز چھوٹی دی جگہ پلستر نہ کریے تھی سارے بندے ٹھیکیدار ہو گے مکان بنا دو گھر سے جان دو پورا متھا سونا بنا کے مین گیٹ کے تے مین تختی دے جگہ چھڈ کے پلستر نہ کریے پٹاں تو کاٹ چھڑیے سوراخ رکھ چھڑیے مکان سونا اللہ کے نبی دی حدیث پاک ہے کہ نبوت دی اللہ نے نبوت دا محل تیار کیتا وہ ایک بلاک کی جگہ اللہ نے رکھ چڑی اللہ نے جب مینوں دنیا سے بھیجے نا نبی بنا کے پھر میں آیا میں بلاک لگ گیا وہ مقام مکمل ہو گیا محل مکمل ہو گیا میرے تو بعد پھر کوئی نبی میرے تو بعد کوئی نبی نہیں آئے گا ہوں برادر صاحب آخری دو تو چار منٹ ہیں میرے مہاراج صاحب نے دعا کر دیا وجہ ایسا رہے ہیں بول تو چھٹو سبحان اللہ لنگر بھی ہے سیرے رانا صاحب نے فون کر کے کہا جی اینیاں اے اینا اے اینا اے اپنی اکھان تیری کنا نال سنے ہیں اکھان نال ویکھیا بھی پک جائے پیا تے جے گھروں میرے تو تھوڑا جا آسرا کر کے آئے تے پھر اسی آسرے سے اپنی کوئی سبحان اللہ محبت فرماؤ ذرا سبحان اللہ تو جو میرے کملی والے فرمائے پیر سائنا میں آیا تے او جڑا محل ہے نا محل بالکل مکمل ہو گیا میرے تو بعد کوئی نبی میرے تو بعد نبی میں آخری نبی بن کے آیا تے جڑے پہلے نبی نے میں جڑا میرا موضوع ہے پہلے نبی سرکار دی تعریفاں پہ کر دے ہیں جڑے سرکار کے پہلے آئے ہیں وہ تعریفاں میں بیان کر دے ہیں موت انہاں نوں کوئی جڑے بعد چوں آئے ہیں جمے بھی بعد چوں ویکھیا بھی نہیں جنا ویکھیا نہیں کرن گلاں تے جڑے ویکھ لیندے نوں بول دے بخاری شریف دی حدیث پاک ہے اللہ دے نبی نے فرمایا اپنے چچا جان جناب عباس نے پوچھا کہ چاچا جی تسی وڈے ہو کہ میں وڈا ہاں نہیں سبحان اللہ سبحان اللہ تسی وڈے ہو کہ میں وڈا تے پتہ کی آکھا چاچا جان نے آکھیا حضور وڈے تسی اونے دنیا تے پہلا میں آ گیا وڈے وڈے تسی دنیا تے پہلا میں آ گیا میرے کملی والے تو بعد کوئی نبی جڑے پہلے آئے تھے میرے کملے والے دے تعریفاں پہ کر دے جڑے بعد چ آئے تھے سیاپا انہاں نوں بنیا کوئی کہندا نور ہے کوئی کہندا بشر ہے کوئی کہندا حاضر ہے کوئی کہندا ناظر ہے سارا کچھ ہی چھڑ چھڑو تے عقیدہ بناؤ کہ میرے علی شاہ دا سبحان اللہ کلا کلا میرے علی
انشاءاللہ اور عقیدہ کی ہونا چاہیے ہاتھ ایک بڑی اتھے کاٹ کے اپ نظر سبحان اللہ اچھا میں چھوٹی جی گالے کراں کہ اس کے بعد کی میرے لیے شادی گال سنانا نا گال کرنا بندہ نے کنالے وچ روڑے کا دودھ کی کر روڑے نالے وچ کی کر روڑے دودھ نالے وچ پیا روڑے دودھ تے کولوں دی نا ایک حضرت صاحب گزرے انہاں آکھیا دودھ دے دودھ دے نور اللہ دا نالی وچ نہیں روڑی دا انہیں دودھ روڑنا بند کیتا حضرت صاحب نے کہتے کہ حضرت جی نور تے کی کری دا اچھی جگہ تے رکھی دا نالی چ نہیں روڑی دا او جڑا روڑن والا بندہ سن بند کر کے اپنا کہ صدقے جاواں حضرت جی تواڈے تو منن تے آو تے دودھ نوں بھی نور مان لیندے او نہ منن تے آو تے نبی نوں بھی نور نہیں مان دے تمہارا نام کیا ہے برکت علی کیا کرتے ہو
ਮੈਂ ਲੁਹਾਰ ਤਰਖਾਨ ਹਾਂ, ਪੱਠੇ ਵੱਢ ਲੈਂਦਾ, ਕਿਸਾਨ ਵੀ ਹਾਂ, ਡੰਗਰਾਂ ਨੂੰ ਪਾ ਲੈਂਦਾ, ਇਹ ਮੇਰਾ ਕੰਮ ਹੀ ਆ। ਮੈਂ ਆਖਿਆ ਬਰਕਤ ਅਲੀ ਸਾਡਾ ਇੱਕ ਨਬੀ ਹੈ, ਕਿਹਨਾਂ ਦਾ ਨਾਂ ਨਾ ਬਾਹੋ ਰੱਬ ਦਾ ਕੁਵਤ ਤੁਹਾਡਾ ਹੋਵੇਗਾ, ਸਾਡਾ ਇੱਕ ਹੀ ਮਦੀਨੇ ਵਾਲਾ। ਜਰਮਨੀ ਦਾ, ਆਇਰਲੈਂਡ ਦਾ, ਇਟਲੀ ਦਾ, ਫਰਾਂਸ ਦਾ, ਯੂਰਪ ਦਾ, ਹੈਂ ਜਪਾਨ ਦਾ, ਅਤੇ ਮਾਲ ਵੀ ਦੇਵਾਂਗੇ। ਇੱਥੇ ਕੀ ਯਾਰ ਤੂੰ ਸਾਰਾ ਦਿਨ ਆਉਂਦੇ ਨੇ ਨਾ ਗੁਰਕਾ ਮਨਾ ਕਾਲ ਜਾਨ ਜਾ ਸਕਦੀ, ਮੁਹੰਮਦ ਦਾ ਦਿੱਤਾ ਇਮਾਨ ਨਹੀਂ ਜਾ ਸਕਦਾ। ਘੁਲਾੜੀ ਤੇਜ਼ ਕਰ ਲਾਣਾ ਸਾਹਿਬ, ਸਾਨੂੰ ਸਰਕਾਰ ਨੇ ਬਜ਼ੁਰਗ ਫਰਮਾਉਂਦੇ ਹੁੰਦੇ ਨੇ, ਉਹ ਪਤਾ ਕੀ ਗੱਲ ਕਰਦਾ, ਕਹਿੰਦਾ ਜਾਂ ਆਪ ਨਹੀਂ ਜਾਂ ਗਾਹਕ ਨਹੀਂ, ਜਾਂ ਆਪ ਨਹੀਂ ਜਾਂ ਗਾਹਕ ਨਹੀਂ, ਜਾਂ ਆਪ ਇਹ ਵੀ ਕਰਦਾ ਜਾਂਦਾ, ਨਾਲੇ ਕਹਿੰਦਾ ਵੀ ਜਾਂਦਾ, ਜਾਂ ਆਪ ਨਹੀਂ ਜਾਂ ਗਾਹਕ ਨਹੀਂ, ਜਾਂ ਆਪ ਨਹੀਂ ਜਾਂ ਗਾਹਕ ਨਹੀਂ। ਅੱਜ ਨਾ ਬਰਕਤ ਅਲੀ ਰੰਦੇ ਪਿਆ ਕੱਢਦਾ, ਆਖਿਆ ਕਿ ਬਰਕਤ ਅਲੀ ਆਵਾਜ਼ ਖਾਣੇ ਵਿੱਚ ਪਈ। ਬਰਕਤ ਅਲੀ ਨੇ ਰਹਿਮਤ ਅਲੀ ਪੁੱਤਰ ਨੂੰ ਬੁਲਾਇਆ, ਪੁੱਤਰ ਇੱਧਰ ਆ ਜੀ ਅੱਬਾ ਜੀ, ਪੁੱਤਰ ਕੁੰਡੀ 'ਤੇ ਚਾੜ ਕੇ ਆਓ, ਮੇਰੀ ਦੀ ਕੁੰਡੀ ਲੱਗ ਗਈ ਜਦੋਂ ਮੇਰੀ ਦੀ ਕੁੰਡੀ ਚੜ ਗਈ। ਅਤੇ ਆ ਕੇ ਸਿਰ 'ਤੇ ਖਲੋ ਕੇ ਕਹਿੰਦਾ ਬਰਕਤ ਅਲੀ ਤੁਮ ਕਿਆ ਕਰ ਰਹੇ ਹੋ, ਤੇਰੀ ਬਰਬਾਦੀ ਦਾ ਸਮਾਨ ਜ਼ਿਆਦੇ ਜਾਏਗਾ। ਬਰਕਤ ਅਲੀ ਸਾਡੀਆਂ ਗੱਲਾਂ 'ਤੇ ਗੌਰ ਕੀਤਾ ਹੀ, ਬਰਕਤ ਅਲੀ ਨੇ ਆਖਿਆ ਰਹਿਮਤ ਅਲੀ ਛਾਤੀ ਤੇ ਰੱਖੀ, ਆਖਿਆ ਦੀ ਲਾਂਤੀ ਆ, ਦੱਸ ਤੇਰਾ ਨਬੀ ਕੌਣ ਹੈ? ਬਰਕਤ ਅਲੀ ਮਾਰੀ ਨਾ, ਸੱਚੀ ਦੱਸਾਂ ਸਾਡਾ ਕਾਣਾ ਕੁੱਤਾ ਹੈ, ਆਖਿਆ ਨਹੀਂ ਜੋ ਹੈ ਉਹ ਦੱਸ, ਕਹਿੰਦਾ ਮਾਰੀ ਨਾ ਸੂਆ ਹੈ, ਸੂਆ ਦੀ ਨਸਲ ਹੈ, ਕੁਰਬਾਨ ਜਾਵਾਂ ਸਦਕੇ ਜਾਵਾਂ। ਬਰਕਤ ਅਲੀ ਉੱਠਿਆ, ਉਹਨੂੰ ਚੁੱਕਿਆ, ਝਾੜਿਆ, ਕੱਪੜੇ ਸਾਫ਼ ਕਰਕੇ ਕੁਲਾੜੀ ਆਪਣੇ ਹੱਥ ਵਿੱਚੋਂ ਉਹਦੇ ਹੱਥ ਵਿੱਚ ਪਕੜਾਈ, ਆਖਿਆ ਉਹ ਕਾਦਿਆ ਨੀਆਂ ਉਹ ਲਾਂਦੀਆਂ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਮੇਰੀ ਲੱਤ ਦੇ ਉੱਤੇ ਕੁਲਾੜੀ ਰੱਖ, ਮੈਂ ਤੈਨੂੰ ਕਹਿਣਾ ਪਹਿਲਾਂ ਮੇਰੀ ਲੱਤ ਵੱਟ, ਫਿਰ ਇਸ ਲੱਤ ਨੂੰ ਪੁੱਛ ਪਦੀਨੇ ਵਾਲਾ ਕੌਣ ਹੈ, ਪਹਿਲਾਂ ਮੇਰਾ ਬਾਜ਼ੂ ਪੱਟ, ਫਿਰ ਇਸ ਬਾਜ਼ੂ ਨੂੰ ਪੁੱਛ ਮਦੀਨੇ ਵਾਲਾ ਕੌਣ ਹੈ। ਮੇਰੇ ਜਿਸਮ ਦੇ ਟੁਕੜੇ ਟੁਕੜੇ ਕਰ ਦੇਵੇਗਾ, ਹਰ ਟੁਕੜੇ ਦੇ ਵਿੱਚੋਂ ਇਹੀ ਆਵਾਜ਼ ਨਿਕਲੇਗੀ, ਸਭਸੇ ਔਲਾ ਹਵਾਲਾ, ਸਭਸੇ ਵਾਲਾ ਹਵਾਲਾ, ਸਭਸੇ ਔਲਾ ਹਵਾਲਾ, ਜਾਈ ਬਾਗ ਬਹਾਰਾ,
आखरी जुमला मेरा मंजूर जय चुक सुनी जा रे जेड़े वाकिफ खुले असला ਕਮਲੀ ਵਾਲੇ ਦੀ ਨਿਸਬਤ ਦੀ ਵਜ੍ਹਾ ਤੋਂ ਅਗਰ ਇੱਕ ਬੰਦੇ ਨੂੰ ਕਿਸੇ ਪੁੱਛਿਆ ਉਹਨੂੰ ਆਖਿਆ ਯਾਰ ਤੇਰੇ ਨਾਲ ਮੇਰੇ ਕੁੱਤੇ